ਕੱਟ ਦੂ ਉਧਰ ਤੇ ਆਹੋ ਜੇ ਪਹਿਲੇ ਹੀ ਟੇਡੇ ਬਸਤੇ ਕੱਟ ਲੈ ਫਿਰ ਲੋੜ ਨਹੀਂ ਆਉਂਦੀ ਜਿਹੜਾ ਲਾ ਕਹਿ ਰਿਹਾ ਬਚ ਗਿਆ ਮਾੜਾ ਮੋਟਾ ਜਿਹਾ ਬਿੰਗਾ ਟੇਡਾ ਜਿਹਾ ਇਹਨੂੰ ਮਿੱਥੇ ਮੁੱਥੇ ਸਿੱਟ ਦੂਗੇ ਪਾਣੀ ਭਰ ਕੇ ਆਹੋ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਜੀ ਅਤੇ ਖੇਤ ਤਿਆਰ ਕਰ ਗਏ ਤੇ ਜੀ ਕੱਲ੍ਹ ਅਤੇ ਅੱਜ ਹੁਣ ਗੋਭੀ ਦੀ ਤਿਆਰੀ ਹੈ ਜੀ ਅਤੇ ਬਾਪੂ ਆਇਆ ਹੋਇਆ ਜੀ ਸਾਡੇ ਕੋਲ ਅੱਜ ਦੱਸਣ ਆਇਆ ਹੋਇਆ ਸਾਨੂੰ ਵੀ ਕਿੰਨੇ ਇੰਚ ਪਰ ਸਿਆੜ ਕੱਢਣੇ ਆ ਵੀ ਕਿਵੇਂ ਲਾਉਣੀ ਆ ਗੋਭੀ ਅਤੇ ਮਿਲੋ ਜੀ ਸਾਰਿਆਂ ਨੂੰ ਇੱਧਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਗੋਭੀ ਨਵੀਂ ਨਵੀਂ ਲੱਗੇ ਲਾਉਣ ਹਲ ਕਰ ਰਹੇ ਹੈ ਲੋਟ ਬਈ ਗਾਹਾਂ ਨੂੰ ਤਜਰਬਾ ਐਨ ਪੂਰਾ ਸਬਜ਼ੀ ਦਾ ਹੋ ਜਾਵੇ ਇਹਨੂੰ ਅਸ਼ਵੀਰ ਨੂੰ ਬਈ ਫਿਰ ਇਹ ਲਾਏ ਕਰੂਗਾ ਆਪਣਾ ਗੋਭੀ ਆਲੂ ਭਿੰਡੀ ਚੱਲਣ ਤੋਂ ਜਿਹੜੇ ਵੀ ਹੈਗੀ ਹੈ ਰੋਹੀ ਦੀ ਸਬਜ਼ੀ ਸਾਰੀ ਇਹਦਾ ਹੁਣ ਜੀ ਕਰਦਾ ਵੀ ਮੈਂ ਵੀ ਗੋਭੀ ਲਾਏ ਕਰਨੀ ਸਬਜ਼ੀ ਬਾਪੂ ਦੱਸੀ ਜਾਈ ਵੀ ਕਿਵੇਂ 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 ਚੱਲਣਾ ਕੰਮ ਮਹਾਂ ਬੇਫਿਕਰ ਹੈ ਤੈਨੂੰ ਸਾਰਾ ਕੁਛ ਦੱਸੀ ਜਾਣਾ ਜਿਹੜਾ ਜਿਹੜਾ ਕੁਛ ਮੈਂ ਲਾਈ ਜਾਣਾ ਉਹੀ ਤੇਰੇ ਲਵਾਈ ਜਾਣਾ ਵੀ ਆ ਜਾ ਹੁਣ ਆਹ ਲਾ ਲਈਏ ਬਸ ਹੁਣ ਇੱਥੇ ਠੀਕ ਹੈ ਤੇ ਸਿਆੜ ਹੁਣ ਪਹਿਲਾਂ ਪਾਣੀ ਲਾ ਕੇ ਫਿਰ ਬਾਅਦ ਮੈਂ ਗੋਭੀ ਲਾ ਹਾਂ ਵੀ ਹੁਣ ਵੱਟਾਂ ਕੱਢਤੀਆਂ ਹੁਣ ਜੇ ਆਪਾਂ ਪਹਿਲਾਂ ਲਾ ਦਈਏ ਪਾਣੀ ਨੇ ਕਹਿੰਦਾ ਉਹ ਪੱਖੀਆਂ ਜਿਹੜੀਆਂ ਜਦ ਮਿੱਟੀ ਨੇ ਦਬਣਾ ਪੱਖੀਆਂ ਨੇ ਗਿਰਨਾ ਹੈ ਖਬਰੇ ਮੀਂਹ ਪੈ ਜਾਵੇ ਕੁਛ ਨੀ ਪਤਾ ਹੈਗਾ ਮੀਂਹ ਨੇ ਗਿੱਲਾ ਕਰ ਦੇਣਾ ਉਰੇ ਤੁਹਾਨੂੰ ਮੀਂਹ ਦਾ ਕੋਈ ਫਰਕ ਨੀ ਹੈਗਾ ਮੀਂਹ ਵੀ ਪੈ ਜਾਵੇ ਪਿਆ ਪੈ ਤੁਸੀਂ ਆਪਣਾ ਪਾਣੀ ਦੀ ਤਿਆਰੀ ਰੱਖੋ ਸਬਜ਼ੀ ਨਾ ਕੱਲ ਨੂੰ 2 ਵਜੇ ਤੇ ਬਾਅਦ ਲਾਉਣ ਲੱਗਣਾ ਆਓ ਧੁੱਪ ਜੀ ਢਲ ਗਈ ਸ਼ਾਮ ਨੂੰ ਠੀਕ ਹੈ ਜਦ ਲਾਉਣੀ ਹੈ ਠੀਕ ਹੈ ਉਹਨੂੰ ਇੱਧਰ ਸੁਣਾਣੀ ਉਹਨੇ ਗਲੀ ਚ ਸਕਦਾ ਨਾ ਉਹ ਮੈਂ ਠੀਕ ਆ ਜਾਣੇ ਇੱਥੇ ਠੀਕ ਆ ਜਾਣੇ ਤੂੰ ਦੇਖਦਾ ਜਾ ਆ ਖੋਲ ਕੇ ਕਹਿੰਦਾ ਪਰ ਨਹੀਂ ਜੀ ਕਰੋ ਐ ਜਨਾੜ ਕੀ ਪੈਣਾ ਹੈ ਅਦਰ ਇੱਕ ਹੀ ਰਹਿਣ ਦੇ ਹੋਰ ਤੈਨੂੰ ਕੀ ਹੈ ਫੇਰ ਪਾ ਦੇ ਜਿਹਦੇ ਹੈਗੇ ਉਹਦੇ ਨਾਲ ਤੂੰ ਲਵਾ ਕੇ ਲੈ ਕੇ ਚਾਣਾ ਪਾਣਾ ਦੱਬ ਕੇ ਲਾਉਣਾ ਹੈ ਜਾਂ ਡੌਲ ਖੜੀ ਹੋਣੀ ਹੈ ਫਿਰ ਐ ਹੋ ਜਾਵੇ ਫਿਰ ਪਾਣੀ ਨੇ ਬਿਠਾ ਲੈਣੀ ਤੇ ਪਾਣੀ ਨੇ ਦੱਬਾ ਹੁਣ ਕੇ ਦੱਬ ਕੇ ਲਾਉਣਾ ਹੋਰ ਐਨੀ ਕੁ ਕਰੀਏ ਬਸ ਠੀਕ ਹੈ ਜਦ ਪਾਣੀ ਲਾਉਣਾ ਕਿ ਨਾ ਨੀਵਾਂ ਰੱਖਾਂ ਹਾਂ
ਬਾਹੂ ਠੀਕ ਹੈ ਸਿਆੜ ਹਾਂ ਸਿਆੜ ਠੀਕ ਹੈ ਕੱਟ ਦਵਾਂ ਹੈ ਕਰ ਛੋੜੋ ਇਹ ਲੋਡ ਦਾ ਕੱਢੂਗਾ ਐ ਲੰਬੇ ਕੱਟ ਦਵਾਂ ਹਾਂ ਬਸ ਸਾਰੀ ਤਾਂ ਜਾਣ ਰਹੀ ਜਿੱਥੇ ਤੱਕ ਗੋਭੀ ਲੈਣੀ ਗੋਭੀ ਰਹਾ ਵਾ ਉਹ ਲੱਗ ਜਾਣੀ ਹੈ ਤੇਰੀ ਮੂਲੀ ਲੱਗ ਜਾਣੀ ਹੈ ਹੋਰ ਬੱਟਾਂ ਦੋ ਚਾਰ ਲਾਉਣੀਆਂ ਪਾਲਕ ਮੇਥੇ ਉਹ ਸੜੀ ਮੇਥੇ ਉਹ ਲਾ ਦੀ ਹਾਂ ਮੈਂ ਪਹਿਲਾਂ ਸਾਰੇ ਚ ਕੱਟ ਦੇਣੀ ਹਾਂ ਬੱਟਾ ਕੱਢ ਜਿੱਥੇ ਤੱਕ ਗੋਭੀ ਹੈ ਅੱਛੀ ਲੱਗੀ ਇੱਥੇ ਤੱਕ ਲਾ ਕੇ ਉਹ ਚੱਲਿਆ ਆ ਹੁਣ ਜਿੱਕਣਾ ਹੁਣ ਤੇਰਾ ਹੁਣ ਪਾਣੀ ਅੱਜ ਲਾਈ ਕਿ ਸਵੇਰ ਨੂੰ ਲਾਈਏ ਪਾਣੀ ਤਾਂ ਜੇ ਅੱਜ ਮੈਂ ਬਿਜਲੀ ਰਹੀ ਹਾਂ ਤਾਂ ਅੱਜ ਫੇਰਦੀ ਪਾਣੀ ਨਹੀਂ ਬਸ ਸਵੇਰੀ ਨਹੀਂ ਸਵੇਰੀ ਹੁਣ ਤਾਂ 11 ਵਜੇ ਨਾ ਆ ਜਾਣੀ ਇਹ ਕੱਲ ਨੂੰ 11 ਵਜੇ ਆਊਗੀ ਕੱਲ ਨੂੰ 11 ਵਜੇ ਆਉਣੀ ਹੈ ਹਾਂ ਕੱਲ ਨੂੰ 11 ਵਜੇ ਫੇਰ ਲੋਟ ਹੈ 11 ਵਜੇ ਕੱਲ ਨੂੰ ਲਾ ਦੇ ਬਸ ਘੰਟਾ ਕ ਲਾਉਣੀ ਨਹੀਂ ਆਪਾਂ ਨੇ ਜਸਲਾਬਾ ਚੜ ਜਾਣਾ ਹੈ ਦੁਪਹਿਰੇ ਤੇ ਲਾਉਣੀ ਹੈ 2:30 ਵਜੇ ਦੇ ਗੇੜ ਚ ਲੱਗ ਜੋ ਲਾਉਣ ਠੀਕ ਹੈ ਠੀਕ ਹੈ ਜਿਵੇਂ ਕੱਲ ਨੂੰ ਆ ਜਾਊਗੀ ਪਨੀਰੀ ਪਨੀਰੀ ਤਾਂ ਲਾਜ਼ਮੀ ਆਉਣੀ ਸਾਜਰੇ ਆਉਣੀ ਹੈ ਪਨੀਰੀ ਤਾਂ ਲਾਜ਼ਮੀ ਆਉਣੀ ਹੈ ਹਾਂ ਉਹਦਾ ਮੈਂ ਬਣਾਤਾ ਤਾਂ ਪ੍ਰੋਗਰਾਮ ਉਹਦੇ ਗਏ ਨਹੀਂ ਫਿਰ ਮੂਲੀਆਂ ਵੀ ਜਦੇ ਲਾ ਦਈਏ ਜਦੇ ਲਿਆਉਣੀਆਂ ਮੂਲੀਆਂ ਵੀ ਜਦੇ ਲਾਉਣ ਲੱਗ ਜਾਣਾ ਕਿ ਠੀਕ ਹੈ ਠੀਕ ਹੈ ਮਹਾ ਮੂਲੀਆਂ ਤਾਂ ਨਹੀਂ ਹੈ ਕਿ ਸੁੱਕੀ ਡੋਲ ਚ ਲਾਉਣੀ ਪਹਿਲਾਂ ਪਾਣੀ ਬਾਅਦ ਚ ਲਾਉਣਾ ਉਹ ਆਪਾਂ ਜਦੇ ਪੁੱਛ ਵੀ ਲਵਾਂਗੇ ਠੀਕ ਹੈ ਵੀ ਮੂਲੀਆਂ ਪਹਿਲਾਂ ਹੀ ਲਾ ਦਈਏ ਅਸੀਂ ਕਿ ਬਾਅਦ ਚ ਲਾ ਦਈਏ ਉੱਚੀ ਹੋ ਜਾਣਾ ਠੀਕ ਹੈ ਠੀਕ ਹੈ ਕਿ ਨਹੀਂ ਜੇ ਪਾਣੀ ਹੋਣੀ ਅੱਜ ਲਾਉਣਾ ਹਾਂ ਹਾਂ ਕੱਲ ਨੂੰ ਲਾ ਵੀ ਪਾਣੀ ਬਸ ਫਿਰ ਲੋਟ ਆਊਗਾ ਕੱਲ ਨੂੰ 11 ਵਜੇ ਆ ਜਾਣੀ ਲਾਈਟ 11 ਵਜੇ ਬਾਅਦ ਭਰ ਦਿੰਦੇ ਆ ਬਸ ਘੰਟਾ ਤਾਂ ਲੱਗਣਾ ਘੰਟਾ ਹੀ ਲੱਗਣਾ ਖਾਲਾਂ ਵਿੱਚ ਘੋਣਾ ਪਾਣੀ ਹੋਰ ਕੀ ਅੱਧੀ ਅੱਧੀ ਖਾਲਾਂ ਜੀਆਂ ਕਿੰਨੇ ਉਹ ਇਧਰਲੇ ਪਾਸੇ ਦੇ ਕਰ ਤਾਂ ਵੀ ਕਿਹਾ ਤੈਨੂੰ ਤਾਂ ਨਾ ਕਿ ਨਹੀਂ ਕਿਹਾ ਤਾਂ ਪਹਿਲਾਂ ਬਸ ਠੀਕ ਹੈ ਠੀਕ ਹੈ ਠੀਕ ਹੈ ਨਾ ਉੱਧਰ ਛੋਟੇ ਲੋਟ ਦੇ ਦੱਸ ਪਾਣੀ ਉੱਧਰ ਜ਼ਿਆਦਾ ਨੀਵੀਂ ਜਗ੍ਹਾ ਠੀਕ ਹੈ
ਇਹ ਨਾ ਹੁਣ ਦੇਖ ਤੁਸੀਂ ਬਣਾਓ ਮਕੇਲੀਆਂ ਪੰਦਰਾਂ ਪੰਦਰਾਂ ਸਿਆੜਾਂ ਦੀਆਂ ਪੰਦਰਾਂ ਪੰਦਰਾਂ ਦੀਆਂ ਐਕਣੇ ਉੱਧਰ ਮਲੋੜ ਦੇਣੀਆਂ ਤੁਸੀਂ ਬਾਕੀ ਤੇਰਾ ਆਹ ਬਣਾਉਣੀ ਖਾਲ ਆਪਾਂ ਨੇ ਦੋ ਸਾਈਡਾਂ ਦੀ ਪਾਣੀ ਇਹ ਬਹੁਤ ਮੋਟਰ 'ਚ ਤਾਂ ਲੋਟ ਆਉਣਾ ਇਹਦਾ ਹੈ ਬਾਕੀ ਉਹ ਸਾਨਮਾ ਛੱਡਤਾ ਉੱਥੇ ਵੀ ਦੂਗੇ ਆਪਣੀ ਪਾਲਕ ਪੂਲਕ ਖਾਣੇ ਖਾਤਰ ਤੇਰੀ ਮੇਥੀ ਮੁੱਥੀ ਇਹ ਅਲਮ ਗਲਮ ਤੇਰਾ ਧਨੀਆ ਧੁਨੀਆ ਮੈਂ ਲਿਆਉਂਦਾ ਕਹੀ ਯਾਰ ਜਿੰਦਾ ਚੱਕ ਕੇ ਇਹਦੀ ਤਿਆਰੀ ਕਰਦਾ ਜੇ ਮੀਂਹ ਪੈ ਗਿਆ ਫਿਰ ਆਪਣਾ ਪੱਛੀਆਂ ਗੱਡਣ ਦਾ ਕੰਮ ਰਹਿ ਜੂਗਾ ਰਾਜੇ ਨੂੰ ਪੁੱਛਿਆ ਲਓ ਜੀ ਸਪਰੇ ਲੱਗਿਆ ਭਾਅ ਜੀ ਕਰਨ ਸੱਤ ਬਿੱਘੇ ਵਾਲਾ ਖੇਤ ਜੀ ਇਹਨੂੰ ਤਾਂ ਹੋ ਗਈ ਇੱਕ ਪੰਪ ਰਹਿ ਗਿਆ ਜੀ ਬਸ ਇਹਦੇ 'ਚ ਬਾਕੀ ਫਿਰ ਉਹ ਪਰਲੀ ਸਾਈਡ ਚੱਲਦੇ ਜੀ ਉੱਧਰ ਵੀ ਸੱਤ ਪੰਪ ਲਾਉਣੇ ਆ ਅਤੇ ਉਹਦੇ ਬਾਅਦ ਫਿਰ ਸਬਜ਼ੀ ਵਾਲੇ ਦਾ ਜਿਹੜਾ ਕੰਮ ਰਹਿ ਗਿਆ ਤਾ ਜੀ ਖਾਲ ਸਵਾਰੀ ਆ ਜੀ ਇੱਕ ਮਿੱਟੀ ਲਾਉਣੀ ਆ ਜੀ ਡੋਲ ਨੂੰ ਉਹਦੇ ਬਾਅਦ ਲਾ ਕੇ ਫਿਰ ਘਰ ਨੂੰ ਚੱਲਦੇ ਆ ਜੀ ਸਪਰੇ ਵੀ ਹੋ ਗਈ ਜੀ ਬਸ ਹੁਣ ਸਪਰੇ ਦਾ ਤਕਰੀਬਨ ਨਿਬੜੇ ਗਿਆ ਜੀ ਆਪਣਾ 3 ਕਿੱਲੇ ਰਹਿੰਦੇ ਤੇ ਆਹ ਝੱਲੀਆਂ ਵਾਲੇ ਜੀ ਜਿਹੜੇ ਆਪਣੇ 121 ਵਾਰ ਬਾਪੂ ਪਾਣੀ ਪਾਈ ਜਾਂਦਾ ਜੀ ਆਪਾਂ ਕਰੀ ਜਾਂਦੇ ਚੱਕੇ ਨਾਲ ਦੀ ਨਾਲ ਕੱਖ ਵੀ ਵੱਢ ਲਈ ਜੀ ਬਸ ਹੁਣ ਉਹਦੇ ਬਾਅਦ ਤੋਤਾ ਤਾਂ ਨਾਲ ਦੀ ਨਾਲ ਗਿਰ ਗਿਆ ਤੋਤਾ ਤਾਂ ਸਿੱਟਤਿਆ ਜੀ ਨਾਲ ਦੀ ਸਿੱਟਤਾ ਇਹਨੇ ਨਾਲ ਦੀ ਨਾਲ ਹੋਲੀ ਕਵਰ ਕਰੀ ਆ ਜੀ ਆਪਾਂ ਨੇ ਉਰੇ ਝੱਲੀਆਂ ਅਤੇ ਇੱਕ ਤੋਤੇ ਦੀ ਪਾਈ ਆ ਨਾਲ ਸੂੰਡੀ ਸਾਂਡੀ ਦੀ 3 ਸਪਰੇਆਂ ਹੈ ਜੀ ਉਹ ਤੁਹਾਨੂੰ ਦਿਖਾ ਦਿੰਦਾ ਜੀ ਮੈਂ ਉਹ ਪਈਆਂ ਉੱਥੇ ਹੋਲੀ ਕਵਰ ਕਰੀ ਆ ਜੀ ਜਿਹੜੀ ਮੇਨ ਹੈ ਦਾਣਾ ਸੁਥਰੇ ਵਾਸਤੇ ਸਪਰੇ ਤਾਂ ਜੀ ਮੈਂ ਅੱਗੇ ਵੀ ਆਪੇ ਕਰਦਾ ਏ ਉਹ ਤਾਂ ਉੱਦਣ ਮਾਡਮਾ ਮੈਂ ਥੋੜ੍ਹਾ ਜਿਹਾ ਬਿਮਾਰ ਤਾਂ ਉਹਦੇ ਕਰਕੇ ਮੈਂ ਕਰਾਈ ਆ ਕਈ ਬਾਈ ਕਹਿੰਦੇ ਆ ਵੀ ਆਪ ਸਪਰੇ ਨਹੀਂ ਕਰਦਾ ਹੈਗਾ ਤੂੰ ਬਾਈ ਜੀ ਮੈਂ ਤਾਂ ਦਿਹਾੜੀ ਵਾਲਾ ਲਾ ਕੇ ਖੁਸ਼ ਨਹੀਂ ਹੈਗਾ ਕਦੇ ਹਾਂ ਮੈਂ ਤਾਂ ਆਪ ਸਪਰੇ ਕਰਦਾ ਜੀ ਆਪਣੇ ਹੱਥ ਨਾਲ ਬਾਕੀ ਉੱਦਣ ਮੈਂ ਥੋੜ੍ਹਾ ਜਿਹਾ ਬਿਮਾਰ ਤਾਂ ਜੀ ਉਹਦੇ ਕਰਕੇ ਸਾਂਝਿਆਂ ਪਰ ਵੀ ਕਰਨੀ ਪੈ ਗਈ ਕਾਲਾ ਚਾਚਾ ਗਿਆ ਹੋਇਆ ਤਾਂ ਨਹੀਂ ਉਹ ਵੀ ਅੱਗੇ ਪੰਪ ਚੱਕ ਲੈਂਦਾ ਮੇਰੇ ਨਾਲ ਅਤੇ ਮੈਂ ਤਾਂ ਆਪ ਕਰਦਾ ਹੁੰਦਾ ਉੱਦਣ ਉਹ ਕਹਿੰਦਾ ਮੈਂ ਹੈ ਨਹੀਂ ਫਵਾਂ ਮੈਂ ਕਾਹਨੂੰ ਇਕੱਲੇ ਨੇ ਮੈਂ ਪਹਿਲਾਂ ਹੀ ਬਿਮਾਰ ਹਾਂ ਕਾਹਨੂੰ ਪੰਪ ਚੱਕਣਾ ਅਤੇ ਮੈਂ ਬਈਆਂ 'ਤੇ ਹੀ ਕਰਾਤੀ ਤੀ ਜੀ ਹੁਣ ਤਾਂ ਹੀ ਮੈਂ ਉਰੇ ਆਪ ਲੱਗਿਆ ਭਾਅ ਜੀ ਕਰਨ ਇੱਕ ਆ ਫਰਾਟਾ ਕਰੀ ਆ ਜੀ ਇਹ ਤਾਂ ਨੋਰਮਲ ਹੈ ਜੀ ਜਮ੍ਹਾਂ ਹੀ ਟੂੰਡੀ ਸਾਂਡੀ 'ਤੇ ਜੇ ਤਾਂ ਨਾਲ ਲੱਗ ਜਾਓ ਸੜ ਦਿੰਦੀ ਆ ਕਿਉਂਕਿ ਲੜਦੀ ਵੀ ਆ ਜੀ ਥੋੜ੍ਹੀ ਜਿਹੀ ਸਪਰੇ ਪਿੰਡੇ ਪਰ ਵੀ ਲੜਦੀ ਆ ਜੀ ਜੇ ਤੇਲ ਤੂਲ ਲਾ ਕੇ ਕਰਨੀ ਪੈਂਦੀ ਆ ਜੀ ਸਰੋਂ ਦਾ ਤੇਲ ਜੀ ਵੀ ਪਿੰਡੇ 'ਚ ਰਸੇ ਨਾ ਜੀ ਇਹ ਬਾਕੀ ਕਾਹ ਪਾਈ ਆ ਜੀ ਵਿੱਚ ਅਤੇ ਉਹ ਤੋਂ ਬਾਅਦ ਫੁੱਲੀ ਕਿਉਂ ਰਹੀ ਇਹ ਕਰੀਏ ਜੀ 3 ਸਪਰੇਆਂ ਕਰੀਆਂ ਜੀ ਆਪਾਂ ਨੇ ਫੁੱਲ ਕੇਅਰ ਅਤੇ 21 ਬਹੁਤ ਵਧੀਆ ਖੜੀ ਆ ਜੀ ਇਸ ਟਾਈਮ PR 121 ਬਹੁਤ ਵਧੀਆ ਜੀਰੀ ਆ ਜੀ ਬਾਕੀ ਇਹਦੇ 'ਚ ਪਟਾਸ ਵੀ ਥੋੜ੍ਹੀ ਜਿਹੀ ਘੱਟ ਬਣਦੀ ਹੈ ਜੀ ਕਈ ਬਾਈਆਂ ਨੇ ਤਾਂ ਲਾ ਕੇ ਵੀ ਛੱਡਤੀ ਜੀ ਮੈਨੂੰ ਪਹਿਲਾਂ ਕਈ ਵੀਰਾਂ ਦੇ ਆਇਆ ਵੀ ਅਸੀਂ ਤਾਂ ਬਾਈ ਛੱਡਤੇ ਹੋਰ ਨਵੇਂ ਬੀਜ ਲਾਉਂਦੇ ਆ ਕਿਉਂਕਿ ਸਾਡੇ ਬਹੁਤ ਨਿਕਲਦੀ ਆ ਬਾਈ ਜੀ ਇਹ ਜਿਹੜਾ PR 121 ਹੈ ਝੋਨਾ ਨਾ ਇਹਦੇ 'ਚ ਪਟਾਸ ਬਣਦੀ ਆ ਪੂਛਾ ਵਾਲਾ ਹੀ ਕੰਮ ਇਹਦਾ ਦਾਣਾ ਬਹੁਤ ਨਿੱਗਰ ਹੁੰਦਾ ਜੀ ਅਤੇ ਮੈਂ ਤਾਂ ਇਹੀ ਜ਼ਿਆਦਾ ਲਾਉਂਦਾ ਜੀ ਬਾਕੀ 26 ਵੀ ਲਾਉਂਦਾ ਜੀ ਕਿਉਂਕਿ ਮੇਰੇ ਕੋਲ ਜੀ 9 ਕਿੱਲੇ ਇਹਦੇ ਆ ਬਾਕੀ 26 ਦੇ ਆ ਜੀ 9 ਕਿੱਲਿਆਂ ਦੇ ਗੇੜ ਇਹਦਾ ਲਾਇਆ ਪਿਆ ਜੀ ਅਸੀਂ 21 ਦਾ ਜੀ ਬਾਕੀ 4 ਕਿੱਲੇ 26 ਦੇ ਲਾਏ ਹੋਏ ਆ ਜੀ ਆ ਕਰਿਓ ਜੀ ਸਟਾਰਟ ਮਾੜਾ ਜਿਹਾ ਪੰਪ ਹੁਣ ਨੱਕੇ ਨੁੱਕੇ ਬਣਾਤੇ ਜੀ ਸਾਰੇ ਇਹਦੇ ਮਕੀਲੀਆਂ ਬਣਾਤੀ ਸਮਝ ਲਓ ਖਾਲ ਬਣਾਤੀ ਸਿਰੇ ਸਹੀ ਤੇ ਮਕੀਲੀਆਂ ਪਾਣੀ ਛੱਡੀ ਕਿਉਂਕਿ ਸਾਰੇ ਛੱਡਣਾ ਪੈਣਾ ਛੱਡਣਾ ਪੈ ਗਿਆ ਨਾ ਪਾਣੀ ਬਹੁਤ ਮੋਟਰ ਦਾ
ਬਾਕੀ ਹੁਣ ਦੇਖਦੇ ਆ ਉਧਰ ਡਾਲ ਰਹਿੰਦੀ ਇੱਕ ਲਾਉਣੇ ਨੂੰ ਉਹ ਲਾਉਂਦੇ ਆ ਜੀ लो जी स्प्रे दा निबड़ गया जी 14 पंप लग गए अंदर ही पंप लग गए जी 3 किले आ ते बाकी हुण आह लग्या जी डॉल लाउणे दे लाग इधरली साइड आपां होर वैरायटी बीजांगे जी कोई साफ जगह रख ली जी क्योंकि इधर जिहड़ा खेत है जी आह नीमा अपने नाल ते इधर पानी टुटी जाए करना जी इहदे च क्या बीजना है जी ਇਹ ਚੀਜ਼ਾਂ ਬੀਜੂਗੇ ਉਹਨਾਂ ਮੈਂ ਆਪਾਂ ਮੇਥੇ ਬੀਜ ਦਿੰਦੇ ਆ ਮੇਥੇ ਬੀਜ ਦਿੰਦੇ ਆ ਧਨੀਆ ਲਾ ਲੂਗਾ ਘਰ ਸਰਜੇ ਕਰੂਗਾ ਮੇਥੇ ਪਾਲਕ ਬੀਜ ਦੂਗੇ ਤੋੜੀਆਂ ਬੀਜ ਦੂਗੇ ਇੱਤਾ ਸਾਗ ਹੋ ਜੂਗਾ ਬਾ ਠੀਕ ਆ ਘਰ ਦਾ ਕੰਮ ਚੱਲੂ ਇਹਦੇ ਨਾਲ ਧਨੀਆ ਧੂਈਆਂ ਸੜ ਦੂ ਇੱਕ ਕਿਆਰੀ ਆ ਨਾਲੇ ਸਿੱਧੇ ਡੋਲਾ ਰਹਿ ਗਿਆ ਵਾਲਾ ਬਿੰਗੇ ਜੇ ਮੈਂ ਬੀਜ ਦੂੰਗਾ ਠੀਕ ਨਹੀਂ ਬਾ ਠੀਕ ਆ ਫਿਰ ਜਾਓ ਤੁਸੀਂ ਕੱਖ ਕੰਡਾ ਕਰੋ ਜਾ ਕੇ ਨਾ ਬਾਅਦ ਸਿੱਧੀ ਉਹਨੂੰ ਵੀ ਦੇਖ ਲਓ ਮੈਂ ਮਾੜੀ ਲਾ ਦਿਓ ਜੀ ਲੱਗਦੀ ਥੋਕ ਦਿਓ ਪਰ ਇਹਨੂੰ ਤਾਰ ਬਣਾ ਦਿਓ ਐਂ ਐਂ ਠੀਕ ਆ ਐਨ ਕਰ ਦੂ ਸੈਟ ਇਹਨੂੰ ਮੈਂ ਚੱਲਿਆ ਹੁਣ ਮੈਂ ਟੋਕਾ ਟੱਲਾ ਕਰਦਾ ਜਾ ਕੇ ਠੀਕ ਹੈ लो जी खुशदीप भी लग गया डॉल लाउण हुण मदद करूगा भी अपनी बाकी हुण देखदे आ पाउंदे आ इहदे शरीर नूं भी फर्क गर्मी आई जाणी शरीर आवे घटी जाणा बाकी लग्या भाई डॉल इह भी हुण सवेर भी लग्या उहदे नाल रल मिल के चली जाणा जी कम्म हुण बाकी हुण खेत दा जी अपना चंगी तरह तैयार हो गया ਸਿਆੜ ਆਪਾਂ ਨੇ ਕੱਢਤੇ ਜੀ ਕੱਲ੍ਹ ਨੂੰ ਲਾਈਟ ਆਉਣੀ ਹੈ ਪਾਣੀ ਛੱਡ ਕੇ ਜੀ ਇਹਨਾਂ 'ਚ ਫਿਰ ਉਹ ਤੋਂ ਬਾਅਦ ਸ਼ਾਮ ਨੂੰ ਗੋਭੀ ਲਾਉਂਗੇ ਜੀ 3 ਵਜੇ 'ਤੇ ਕਿਉਂਕਿ ਬਾਪੂ ਕਹਿੰਦਾ ਵੀ ਬੀਜ ਉਹਨੇ ਸਵੇਰੇ ਦੇ ਦੇਣਾ ਵੀ ਆਪਾਂ ਨੇ ਧੁੱਪਾਂ ਤੋਂ ਬਾਅਦ ਜਦ ਧੁੱਪਾਂ ਜੀ ਢਲ ਗਈ ਫਿਰ ਬੀਜ ਲਾਉਣਾ ਕਹਿੰਦਾ ਨਹੀਂ ਉਹਨੇ ਕਮਲ ਆ ਜਾਣਾ ਲਾਉਂਦੀ ਸਾਰੇ ਗੋਭੀ ਨੇ ਬਾਕੀ ਹੁਣ ਬੀਜ ਪਰ ਗੱਲ ਰਹਿ ਗਈ ਜੀ ਬਾਕੀ ਤਾਂ ਆਪਣਾ ਖੇਤ ਆਪਾਂ ਨੇ ਐਨ ਤਿਆਰ ਕਰਤਾ ਜੀ ਅਤੇ ਲਓ ਬਾਈ ਜੀ ਨਿਬੇੜਤਾ ਜੀ ਕੰਮ 7 ਵੱਜ ਗਏ ਜੀ ਸ਼ਾਮ ਦੇ ਅਤੇ ਹੁਣ ਚੱਲਦੇ ਜੀ ਘਰ ਨੂੰ ਚੱਲੀਏ ਬਾਈ ਅਤੇ ਸਾਡੀ ਵੀਡੀਓ ਨੂੰ ਜੀ ਵੱਧ ਤੋਂ ਵੱਧ ਸ਼ੇਅਰ ਕਰੇ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਕੱਲ੍ਹ ਨੂੰ ਲਾਉਣੀ ਆ ਸਬਜ਼ੀ ਕੱਲ੍ਹ ਨੂੰ ਸਬਜ਼ੀ ਲਾਉਣੀ ਆ ਜੀ ਫਿਰ ਉਹਦਾ ਬਣਾਉਂਦੇ ਜੀ ਆਪਾਂ ਬਲੌਗ ਗੋਭੀ ਦਾ ਕੱਲ੍ਹ ਗੋਭੀ ਲਾਉਣੀ ਆ ਅਤੇ ਮੂਲੀ ਉਹ ਤੁਹਾਨੂੰ ਕੱਲ੍ਹ ਨੂੰ ਦਿਖਾਉਂਦੇ ਕੱਲ੍ਹ ਨੂੰ ਦਿਖਾਵਾਂਗੇ ਜੀ ਅਤੇ ਬਾਕੀ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ